ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰਿਆਂ ਦਾ ਸਵਾਗਤ ਸਾਡੇ ਚੈਨਲ ਅਵਰ ਡਬਰ ਇਨ ਫੈਸ਼ਨ ਦੇ ਉੱਤੇ, ਤੇ ਅਸੀਂ ਅੱਜ ਆਪ ਜੀ ਲੈ ਕੇ ਆ ਰਹੇ ਵੀਡੀਓ ਜਿਹਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ 3 ਇੰਪੋਰਟੈਂਟ ਕਲਰਸ ਆਫ ਟਰਬਨਸ, ਜਿਸ ਦੇ ਨਾਲ ਆਪ ਜੀ ਦੇ ਆਊਟਫਿਟ ਨੂੰ ਨੈਕਸਟ ਲੈਵਲ ਤੇ ਲੈ ਕੇ ਜਾ ਸਕਦੇ ਹੋ। ਤਾਂ ਚਲੀਏ ਸ਼ੁਰੂ ਕਰਦੇ ਨੇ। ਸੋ ਸਾਡਾ ਫਸਟ ਕਲਰ ਜਿਹੜਾ ਆ ਜਾਂਦਾ ਹੈ ਉਹ ਹੈ ਵਾਈਟ ਕਲਰ। ਵਾਈਟ ਕਲਰ ਦੀ ਪੱਗ ਆਪ ਜੀ ਕਿਸੇ ਵੀ ਕਲਰ ਦੇ ਆਊਟਫਿਟ ਦੇ ਨਾਲ ਵੇਅਰ ਕਰੋ, ਚਾਹੇ ਉਹ ਜੀਨਸ ਹੋ, ਟੀ ਸ਼ਰਟਸ ਹੋ ਜਾਂ ਫਿਰ ਕੁੜਤਾ ਪਜਾਮਾ ਹੋ, ਆਪ ਜੀ ਨੂੰ ਇੱਕ ਨੈਕਸਟ ਲੈਵਲ ਦਾ ਲੁੱਕ ਜ਼ਰੂਰ ਦੇਗਾ। ਇਹ ਕਲਰ ਸਭ ਤੋਂ ਇੰਪੋਰਟੈਂਟ ਕਲਰ ਹੈ, ਤੇ ਇਹ ਕਲਰ ਦੇ ਬਾਰੇ ਔਰ ਜਾਣਕਾਰੀ ਆਪ ਜੀ ਨੂੰ ਸਾਡੀ ਵੀਡੀਓ ਜਿਹੜੀ ਹੈ ਐਸੈਂਸ਼ੀਅਲ ਕਲਰਸ ਆਫ ਟਰਬਨ ਦੈਟ ਐਵਰੀ ਸਿਕਮੈਨ ਸ਼ੁਡ ਹੈਵ, ਉੱਤੇ ਲਿੰਕ ਆਈ ਬਟਨ ਦੇ ਵਿੱਚ ਦਿੱਤਾ ਹੋਇਆ, ਉੱਥੇ ਜਾ ਕੇ ਵਾਚ ਕਰੋ, ਕਿਉਂਕਿ ਇਸ ਦੇ ਵਿੱਚ ਆਪ ਜੀ ਨੂੰ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਇੰਪੋਰਟੈਂਟ ਕਲਰਸ ਬਾਰੇ ਦੱਸਿਆ ਗਿਆ ਹੈ। ਤੇ ਸਾਡਾ ਨੈਕਸਟ ਕਲਰ ਜਿਹੜਾ ਆ ਜਾਂਦਾ ਹੈ ਉਹ ਹੈ ਬਲੈਕ ਕਲਰ। ਬਲੈਕ ਕਲਰ ਇਸ ਤਰੀਕੇ ਦਾ ਕਲਰ ਹੈ ਜਿਸ ਨੂੰ ਆਪ ਕੋਈ ਵੀ ਕਲਰ ਦੇ ਆਊਟਫਿਟ ਦੇ ਨਾਲ ਵੇਅਰ ਕਰ ਸਕਦੇ ਹੋ, ਚਾਹੇ ਉਹ ਫਾਰਮਲ ਓਕੇਸ਼ਨ ਹੋ, ਟ੍ਰੈਡੀਸ਼ਨਲ ਓਕੇਸ਼ਨ ਹੋ ਜਾਂ ਫਿਰ ਕੈਜੂਅਲ ਪਾਰਟੀ ਹੋ। ਤੇ ਆਪ ਜੀ ਇਹਨੂੰ ਆਲ ਬਲੈਕ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ, ਜਿਹਦੇ ਵਿੱਚ ਆਪ ਜੀ ਬਲੈਕ ਕਲਰ ਦੀ ਪੱਗ, ਬਲੈਕ ਕਲਰ ਦੀ ਟੀ ਸ਼ਰਟ, ਬਲੈਕ ਕਲਰ ਦੀ ਜੀਨਸ ਜਾਂ ਪੈਂਟ ਤੇ ਬਲੈਕ ਕਲਰ ਦੇ ਸ਼ੂਜ਼ ਵੇਅਰ ਕਰਕੇ ਕਾਫੀ ਅੱਛੇ ਤਰੀਕੇ ਦੇ ਨਾਲ ਪੁੱਲ ਆਫ ਕਰ ਸਕਦੇ ਹੋ। ਇਹ ਕਲਰਸ ਇਸ ਤਰੀਕੇ ਦੇ ਨੇ, ਜੇਕਰ ਆਪ ਜੀ ਇਹ ਸੇਮ ਕਲਰ ਦੀ ਪੱਗ ਡੇਲੀ ਵੇਅਰ ਕਰੋਗੇ, ਦੈਨ ਆਲਸੋ ਆਪ ਜੀ ਜਸਟ ਆਪਣੇ ਆਊਟਫਿਟ ਨੂੰ ਚੇਂਜ ਕਰੋਗੇ ਤੇ ਐਪ ਜੀ ਦੇ ਆਊਟਫਿਟ ਨੂੰ ਇੱਕ ਨਿਊ ਲੁੱਕ ਦੇਗੀ ਐਵਰੀ ਟਾਈਮ। ਤੇ ਹੁਣ ਆ ਜਾਂਦਾ ਸਾਡਾ ਲਾਸਟ ਕਲਰ ਜਿਹੜਾ ਹੈ ਰੈੱਡ ਕਲਰ ਜਾਂ ਫਿਰ ਮੈਰੂਨ ਕਲਰ, ਕਿਉਂਕਿ ਇਹ ਜਿਹੜਾ ਹੈ ਸਭ ਤੋਂ ਇੰਪੋਰਟੈਂਟ ਕਲਰ ਹੈ। ਇਹ ਵੀ ਆਪ ਬੇਸਿਕਲੀ ਫਾਰਮਲ ਓਕੇਸ਼ਨਸ ਵਾਸਤੇ ਵੀ ਜ਼ਿਆਦਾਤਰ ਯੂਜ਼ ਹੁੰਦਾ ਹੈ, ਤੇ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਕਲਰ ਹੈ ਜਿਹੜਾ ਕਿ ਬਹੁਤ ਈਜ਼ੀ ਤਰੀਕੇ ਨਾਲ ਪੁੱਲ ਆਊਟ ਹੋ ਸਕਦਾ ਹੈ, ਚਾਹੇ ਤੁਹਾਡਾ ਸਕਿਨ ਟੋਨ ਬਲੈਕ ਹੋ ਜਾਂ ਵਾਈਟ। ਅੱਜ ਦੇ ਸਕਿਨ ਟੋਨ ਦੇ ਕਲਰ ਕਿਹੜਾ ਵੀ ਹੋ, ਇਹ 3 ਕਲਰਸ ਨੇ ਜਿਹੜੇ ਆਪ ਕਿਸੇ ਵੀ ਆਊਟਫਿਟ ਜਾਂ ਕਿਸੇ ਵੀ ਸਕਿਨ ਟੋਨ ਦੇ ਨਾਲ ਯੂਜ਼ ਕਰ ਸਕਦੇ ਹੋ, ਚਾਹੇ ਆਪ ਕੁੜਤਾ ਪਜਾਮਾ ਵੇਅਰ ਕਰੋ, ਚਾਹੇ ਆਪ ਕੋਈ ਦੂਜਾ ਆਊਟਫਿਟ ਵੇਅਰ ਕਰੋ। ਇਹ 3 ਕਲਰਸ ਜਿਹੜੇ ਨੇ ਆਪ ਜੀ ਦੇ ਆਊਟਫਿਟ ਨੂੰ ਕੰਪਲੀਟ ਡਿਟੇਲ ਤੇ ਇੱਕ ਨਿਊ ਲੁੱਕ ਐਵਰੀ ਟਾਈਮ ਦੇਣਗੇ ਜਦੋਂ ਵੀ ਆਪ ਇਹ ਆਊਟਫਿਟ ਇਹ ਪੱਗ ਨੂੰ ਟਰਾਈ ਕਰੋਗੇ। ਸੋ ਆਈ ਹੋਪ ਆਪ ਜੀ ਸਾਰਿਆਂ ਸਾਡੀ ਵੀਡੀਓ ਪਸੰਦ ਆਏਗੀ। ਜੇਕਰ ਆਪ ਜੀ ਨੂੰ ਸਾਡੀ ਵੀਡੀਓ ਪਸੰਦ ਹੈ, ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਸਬਸਕ੍ਰਾਈਬ ਕਰਨਾ ਮਤ ਭੁੱਲੋ, ਥੱਲੇ ਜਾ ਕੇ ਰੈਡ ਕਲਰ ਸਬਸਕ੍ਰਾਈਬ ਆਈਕਨ ਨੂੰ ਪ੍ਰੈਸ ਕਰੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਤੁਹਾਡੇ ਕੋਲੋਂ ਸਾਡਾ ਕੋਈ ਨੋਟੀਫਿਕੇਸ਼ਨ ਮਿਸ ਨਾ ਹੋ। ਜੇਕਰ ਆਪ ਜੀ ਨੇ ਹਜੇ ਤੱਕ ਸਾਡੀ ਪੁਰਾਣੀ ਵੀਡੀਓ ਸੀਰੀਜ਼ ਨਹੀਂ ਵੇਖੀ ਜਿਹਦੇ ਵਿੱਚ ਪਟਿਆਲਾ ਸ਼ਾਹੀ ਪੱਗ ਨੂੰ ਕਿਸ ਤਰੀਕੇ ਨਾਲ ਟਾਈ ਕਰਨਾ ਹੈ ਵਿਦ ਹੋਲ ਡਿਟੇਲ ਬਤਾਇਆ ਗਿਆ ਹੈ, ਉੱਤੇ ਆਈ ਬਟਨ ਦੇ ਵਿੱਚ ਵੀ ਲਿੰਕ ਦਿੱਤਾ ਹੋਇਆ, ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਏਗਾ, ਉੱਥੇ ਜਾ ਕੇ ਸਾਨੂੰ ਉਹ ਵੀਡੀਓ ਨੂੰ ਵਾਚ ਕਰੋ ਤੇ ਆਪ ਜੀ ਨੂੰ ਪਟਿਆਲਾ ਸ਼ੇਪ ਪੱਗ ਨੂੰ ਔਰ ਇੰਪਰੂਵ ਕਰਨ ਵਾਸਤੇ ਕਾਫੀ ਜ਼ਿਆਦਾ ਹੈਲਪ ਮਿਲ ਜਾਏਗੀ। ਸਾਡੇ ਸੋਸ਼ਲ ਮੀਡੀਆ ਲਿੰਕ ਸਾਡੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੋਏ ਨੇ, ਉੱਥੇ ਜਾ ਕੇ ਸਾਨੂੰ ਫੋਲੋ ਕਰੋ। ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿੱਥੇ ਮੈਂ ਪੋਸਟ ਪਾਉਂਦਾ ਰਹਿੰਦਾ, ਫੋਟੋਸ ਪਾਉਂਦਾ ਰਹਿੰਦਾ ਡੇਲੀ, ਜਿਹਦੇ ਵਿੱਚ ਆਪ ਜੀ ਨੂੰ ਆਪਣੇ ਆਊਟਫਿਟ ਤੋਂ ਪੱਗ ਦੇ ਨਾਲ ਕਿਸ ਤਰੀਕੇ ਨਾਲ ਮੈਚ ਕਰਨਾ ਤੇ ਬੀਅਰਡ ਨੂੰ ਕਿਸ ਤਰੀਕੇ ਨਾਲ ਗਰੂਮ ਕਰਨਾ, ਕਾਫੀ ਜ਼ਿਆਦਾ ਟਿਪਸ ਉੱਥੇ ਅਵੇਲੇਬਲ ਨੇ। ਸਾਡੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਾ ਕੇ ਸਾਨੂੰ ਫੋਲੋ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।